ਉਹਨੇ ਸਾਡੇ ਨਾਲ ਮਾਨਵ ਵੈਜੀ ਅਤੇ ਕਰਦੇ ਹਾਂ ਗੱਲ ਇਹਨਾਂ ਨਾਲ। ਅਤੇ ਮਾਨਵ ਜੀ, ਸਭ ਤੋਂ ਪਹਿਲਾਂ ਤਾਂ ਅਜੀਤ ਬਿਬ ਟੀਵੀ ਵੱਲੋਂ ਅਸੀਂ ਤੁਹਾਡਾ ਲੰਡਨ ਦੇ ਵਿੱਚ ਜਿਹੜਾ ਉਹ ਨਿੱਘਾ ਸਵਾਗਤ ਕਰਦੇ ਹਾਂ ਜੀ। ਮਾਨਵ ਜੀ, ਤੁਸੀਂ ਬਹੁਤ ਸਾਰੀਆਂ ਹਿੰਦੀ ਫਿਲਮਾਂ ਕੀਤੀਆਂ, ਪੰਜਾਬੀ ਫਿਲਮਾਂ ਕੀਤੀਆਂ, ਸੀਰੀਅਲ, ਟੀਵੀ ਸੀਰੀਅਲ ਕੀਤੇ, ਅਤੇ ਥੋੜ੍ਹਾ ਜਿਹਾ ਪਿਛੋਕੜ ਆਪਣਾ ਜ਼ਰੂਰ ਦੱਸੋ ਸਾਨੂੰ ਵੀ ਤੁਸੀਂ ਕਿਸ ਪਿੰਡ ਤੋਂ ਬਿਲੋਂਗ ਕਰਦੇ ਹਾਂ ਅਤੇ ਇੱਧਰ ਨੂੰ ਕਿਵੇਂ ਆਏ। ਮੈਂ ਜੀ ਖਾਸ ਫਿਰੋਜ਼ਪੁਰ ਨੂੰ ਬਿਲੋਂਗ ਕਰਦਾ ਜੀ, ਅਤੇ ਐਗਜ਼ਾਮਪਲ ਮੇਰੀ ਫਿਰੋਜ਼ਪੁਰ ਦੀ ਹੈ ਆਪਣਾ। ਉਸ ਤੋਂ ਬਾਅਦ ਕੁਛ ਸਮੇਂ ਬਾਅਦ ਫਿਰ ਮੈਂ ਲੁਧਿਆਣਾ ਸ਼ਿਫਟ ਹੋ ਗਿਆ ਸੀਗਾ ਮੈਡੀਕਲ ਕਾਲਜ ਦੇ ਵਿੱਚ। ਮੈਂ ਡਾਕਟਰੀ ਕੀਤੀ ਹੈ, ਹੋਮਿਓਪੈਥ ਜੀ ਮੈਂ, ਅਤੇ ਫਿਰ ਮੇਰਾ ਰੁਝਾਓ ਸੀ ਇਸ ਪਾਸੇ, ਅਤੇ ਪੇਰੈਂਟਸ ਦੀ ਸਪੋਰਟ ਨਾਲ ਫਿਰ ਮੈਂ ਬੰਬੇ ਚਲਾ ਗਿਆ। ਸੋ ਮੇਰਾ ਪਿਛੋਕੜ ਤਾਂ ਖੈਰ ਫਿਰੋਜ਼ਪੁਰ ਹੀ ਪੈਂਦਾ, ਮਤਲਬ ਮੈਂ ਬੰਬੇ ਰਹਿੰਦੇ ਨੂੰ ਮੈਨੂੰ ਬਹੁਤ ਸਾਲ ਹੋ ਗਏ ਪਰ ਫਿਰੋਜ਼ਪੁਰ ਨਹੀਂ ਨਿਕਲਿਆ ਹਾਲੇ ਤੱਕ ਅੰਦਰੋਂ, ਨਹੀਂ ਨਿਕਲਿਆ ਜੀ ਹਾਲੇ, ਨਹੀਂ ਮੈਨੂੰ ਨਿਕਲਣਾ ਨਹੀਂ ਚਾਹੀਦਾ ਕਿਉਂਕਿ ਇੱਕ ਕਰਮ ਭੂਮੀ ਹੁੰਦੀ, ਇੱਕ ਜਨਮ ਭੂਮੀ ਹੁੰਦੀ ਹੈ, ਹਰੇਕ ਦਾ ਆਪਣੀ ਮਹੱਤਵਤਾ ਹੁੰਦੀ ਹੈ। ਕਿਉਂਕਿ ਬੰਬੇ ਵੀ ਉਨਾ ਇੰਪੋਰਟੈਂਟ ਹੈ ਜਿੰਨਾ ਫਿਰੋਜ਼ਪੁਰ ਇੰਪੋਰਟੈਂਟ ਹੈ। ਇੱਕ ਜਗ੍ਹਾ ਤੋਂ ਜੰਪਲ ਕਰਕੇ ਤੁਸੀਂ ਦੂਜੀ ਜਗ੍ਹਾ ਕੰਮ ਕਰਦੇ ਹੋ, ਫਿਰ ਜਿਹੜਾ ਉਹ ਜਿਹੜਾ ਆਫਟਰ ਆਲ ਕਰਮ ਪ੍ਰਧਾਨ ਲੋਕ ਆਪਾਂ, ਸੋ ਦੋਨੋਂ ਭੂਮੀਆਂ ਮੇਰੇ ਲਈ ਇੰਪੋਰਟੈਂਟ ਹੈ ਜੀ। ਸੋ ਜੀ, ਤੁਹਾਡੀ ਐਂਟਰੀ ਕਿਵੇਂ ਹੋਈ ਇਸ ਅਦਾਕਾਰੀ ਦੇ ਖੇਤਰ ਦੇ ਵਿੱਚ? ਦੇਖੋ ਮੈਂ, ਮੈਨੂੰ ਜਦੋਂ ਕੋਈ ਪੁੱਛਦਾ ਮੈਂ ਤਾਂ ਇੱਕੋ ਗੱਲ ਬੋਲਦਾ ਕਿ ਮੈਂ ਇਟਸ ਡੈਸਟਨੀ ਨਾਮ ਦਿੰਦਾ ਕਿ ਡੈਸਟਨੀ ਇੱਕ ਬਹੁਤ ਵੱਡੀ ਚੀਜ਼ ਹੈ। ਜਿੱਦਾਂ ਕਰਨ ਕਰਾਵਣ ਕਰਨੇ ਹਰ ਉਹਨੇ ਕਰਾਉਣਾ, ਉਹ ਹੁਣ ਮੈਨੂੰ ਕਹੋ ਕਿ ਮੈਂ ਚਾਹੁੰਦਾ ਸੀ, ਮੈਂ ਤਾਂ ਅਮਿਤਾਭ ਬੱਚਨ ਬਣਨਾ ਚਾਹੁੰਦਾ ਸੀ। ਸੋ ਯੂ ਕੈਨੋਟ ਪਲਾਨ ਐਨੀਥਿੰਗ, ਬਟ ਇਹ ਹੈ ਕਿ ਮੈਨੂੰ ਕਿਤੇ ਨਾ ਕਿਤੇ ਆਰਟਿਸਟਿਕ ਬਿਹੇਵੀਅਰ ਸੀਗਾ ਮੇਰਾ ਬਚਪਨ ਤੋਂ, ਕਿਉਂਕਿ ਮੇਰੇ ਮਦਰ ਮਿਊਜ਼ਿਕ ਪ੍ਰੋਫੈਸਰ ਸੀਗੇ, ਅਤੇ ਜੈਨੇਟਿਕਲੀ ਮੈਨੂੰ ਕਿਤੇ ਨਾ ਕਿਤੇ ਕ੍ਰੀਏਟਿਵ ਆਸਪੈਕਟ 'ਚ ਜ਼ਿਆਦਾ ਸਕੂਨ ਮਿਲਦਾ ਸੀਗਾ। ਖਾਸ ਕਰਕੇ ਆ ਤਾਂ ਗਿਆ ਸੀ ਬੰਬੇ, ਬਟ ਅਗਰ ਰਾਈਟ ਵੇ ਨਾਲ ਤੁਸੀਂ ਮੈਨੂੰ ਪੁੱਛੋ ਕਿ ਮੈਂ ਐਕਟਿੰਗ ਵੱਲ ਕਦੋਂ ਸੀਰੀਅਸ ਹੋਇਆ, ਪੰਜਾਬ 1984 ਤੋਂ ਬਾਅਦ ਜਦੋਂ ਮੈਂ ਫਿਲਮ ਕੀਤੀ ਪੰਜਾਬ 1984, ਇੱਕ ਕੈਰੈਕਟਰ ਕ੍ਰੀਏਟ ਹੋਇਆ, ਅਤੇ ਉਸ ਵੇਲੇ ਮੈਨੂੰ ਲੱਗਿਆ ਕਿ ਨਹੀਂ ਯਾਰ, ਮੈਂ ਇੰਨੇ ਸਾਲਾਂ ਤੋਂ ਜੋ ਕੰਮ ਕਰ ਰਿਹਾ ਸੀਗਾ ਉਹ ਐਕਟਿੰਗ ਸੀ, ਹੁਣ ਆਪਾਂ ਉਹਨੂੰ ਸਮਝਣਾ, ਹੁਣ ਇੱਕ ਪੜਾਓ ਅੱਗੇ ਲੈਣਾ। ਸੋ ਦਾ ਫਸਟ ਰੋਲ ਵਿੱਚ ਮੈਂ ਆਪਣੇ ਤਰੀਕੇ ਨਾਲ ਕੀਤਾ, ਇੱਕ ਨਵਾਂ ਕਿਰਦਾਰ ਕ੍ਰੀਏਟ ਕੀਤਾ, ਉਹ ਸੀਗਾ ਸੁਖਦੇਵ ਸਿੰਘ ਸਰਾਲੀ। ਹਾਂਜੀ, 84 ਦੇ ਵਿੱਚ। ਹੁਣ ਤੁਸੀਂ ਇੱਥੇ ਜਿਹੜੀ ਆ ਤੁਹਾਡੀ ਇੱਕ ਨਵੀਂ ਫਿਲਮ ਜਿਹੜੀ ਆ ਉਹ ਚੱਲ ਰਹੀ ਆ ਕਿੱਦੋ ਖੁੰਡੀ, ਅਤੇ ਇਹਦੇ ਬਾਰੇ ਸਾਨੂੰ ਥੋੜ੍ਹਾ ਦੱਸੋ ਕਿ ਤੁਹਾਡੀ ਇਹਦੇ ਵਿੱਚ ਕੀ ਭੂਮਿਕਾ। ਸਾਨੂੰ ਪਤਾ ਕਿ ਅਸੀਂ ਜ਼ਿਆਦਾ ਤਾਂ ਨਹੀਂ ਪੁੱਛਾਂਗੇ ਕਿਉਂਕਿ ਇਹਦਾ ਮਜ਼ਾ ਤਾਂ ਸਿਨੇਮੇ ਦੇ ਵਿੱਚ ਹੀ ਆਊਗਾ, ਪਰ ਫਿਰ ਵੀ ਥੋੜ੍ਹੇ ਜਿਹੇ ਲੋਕਾਂ ਦੇ ਵਿੱਚ ਐਕਸਾਈਟਮੈਂਟ ਲਿਆਉਣ ਦੇ ਲਈ ਥੋੜ੍ਹੀ ਜਿਹੀ ਇਹਦੀ ਦੱਸੋ। ਸੀ, ਅਗਰ ਤੁਸੀਂ ਮੈਨੂੰ ਘੱਟ ਸ਼ਬਦਾਂ 'ਚ ਇੱਕ ਚੀਜ਼ ਪੁੱਛਣਾ ਚਾਹੋ ਤਾਂ ਮੈਂ ਬੜੇ ਸਾਲਾਂ ਤੋਂ ਕੰਮ ਕਰਦਾ ਆ ਰਿਹਾ, ਡੈਫੀਨੇਟਲੀ ਮਾਲਕ ਵੀ ਮੈਨੂੰ ਸਰਪ੍ਰਾਈਜ਼ ਕਰਦਾ, ਕਦੀ ਉੜਤਾ ਪੰਜਾਬ ਕਰਨ ਨੂੰ ਕਹਿੰਦੇ ਮਾਲਕ, ਅਤੇ ਕਦੀ ਫਲੋਰੀ ਕਰਨ ਨੂੰ ਕਹਿੰਦੇ, ਜਾਂ ਕੁਛ ਕੁਛ ਵੀ ਹੁੰਦਾ। ਇਹ ਫਿਲਮ ਮੇਰੀ ਲਾਈਫ 'ਚ ਉਸ ਸਮੇਂ ਆਇਆ ਜਿਸ ਵੇਲੇ ਮੈਨੂੰ ਲੱਗਦਾ ਸੀ ਕਿ ਇੱਦਾਂ ਦੇ ਰੋਲ ਮੈਨੂੰ ਨਹੀਂ ਮਿਲਣੇ। ਸੋ ਮੇਰੇ ਲਈ ਖਿੱਦੋ ਖੁੰਡੀ ਬਹੁਤ ਹੀ ਸਪੈਸ਼ਲ ਫਿਲਮ ਹੈ, ਪਹਿਲੀ ਚੀਜ਼। ਦੂਜੀ ਚੀਜ਼ ਇਹ ਹੈ ਕਿ ਇਹ ਹਾਕੀ ਦੇ ਉੱਪਰ ਆ, ਉਹ ਗੇਮ ਜਿਹੜੀ ਗੇਮ ਮਰਨੀ ਨਹੀਂ ਚਾਹੀਦੀ, ਕਿਉਂਕਿ ਅਸੀਂ ਉਹਨੂੰ ਬਣਾਇਆ, ਉਪਜ ਸਾਡੇ ਸੰਸਾਰਪੁਰ ਤੋਂ ਹੋਈ ਹੈ, ਪੰਜਾਬੀਆਂ ਦੀ ਹੈ, ਸਾਡੇ ਖੂਨ 'ਚ ਹੈ, ਅਸੀਂ ਕਿਉਂ ਨਹੀਂ ਖੇਡਦੇ? ਕਿਉਂ ਸਾਡੇ ਕੋਲ ਸਰਮਾਇਆ ਨਹੀਂ ਹੈ ਕਿ ਅਸੀਂ 12 ਹਾਕੀਆਂ ਨਹੀਂ ਲੈ ਸਕਦੇ, ਜਾਂ 12 ਬੋਲਾਂ ਨਹੀਂ ਲੈ ਸਕਦੇ, ਜਾਂ ਸੌਖਾ ਜੀ ਇੱਕ ਗੁੱਲੀ ਡੰਡਾ ਲੈ ਕੇ, ਜਾਂ ਇੱਕ ਬੈਟ ਬੋਲ ਲੈ ਕੇ, ਜਾਂ ਇੱਕ ਸੌਕਰ ਦਾ ਬੋਲ ਲੈ ਕੇ? ਸੋ ਖਿੱਦੋ ਖੁੰਡੀ ਇਜ਼ ਅ ਵੈਰੀ ਇੰਪੋਰਟੈਂਟ ਫਿਲਮ, ਬਿਕੋਜ਼ ਦੋ ਭਰਾਵਾਂ ਦੀ ਕਹਾਣੀ ਹੈ, ਦੋ ਭਰਾਵਾਂ ਦੀ, ਅਤੇ ਮੈਂਡੀ ਠੱਕਰ, ਸ਼ੀ ਇਜ਼ ਪਲੇਇੰਗ ਮਾਈ ਵਾਈਫ, ਇਹ ਤਿੰਨ ਬੰਦਿਆਂ ਦੀ ਇੱਕ ਬਹੁਤ ਸੋਹਣਾ ਗੁਲਦਸਤਾ ਕਿ ਉਹ ਕਿੱਦਾਂ ਉਹਨਾਂ ਨੇ ਸਟਰਗਲ ਕੀਤੀ ਲਾਈਫ ਦੇ ਵਿੱਚ, ਅਤੇ ਕੀ ਡਰਾਮੈਟਿਕ ਚੀਜ਼ਾਂ ਹੁੰਦੀਆਂ ਰਹਿੰਦੀਆਂ, ਐਨ ਹਾਕੀ ਦਾ ਕਿੱਦਾਂ ਆਪਾਂ ਰੱਖਾਂਗੇ। ਸੋ ਟੂ ਬੀ ਵੈਰੀ ਫਰੈਂਕ, ਮੇਰੇ ਹਿਸਾਬ ਨਾਲ ਦਿਸ ਫਿਲਮ ਇਜ਼ ਅ ਪਿਓਰ ਡਰਾਮਾ, ਐਂਡ ਬਹੁਤ ਲੋਕ ਬਹੁਤ ਇੰਜੋਏ ਕਰਨਗੇ, ਤੁਸੀਂ ਰੋਵੋਗੇ, ਤੁਸੀਂ ਹੱਸੋਗੇ, ਤੁਹਾਨੂੰ ਥ੍ਰਿਲ ਆਏਗਾ, ਅਤੇ ਤੁਹਾਨੂੰ ਦੋ ਭਰਾਵਾਂ ਦਾ ਪਿਆਰ ਵੀ ਨਜ਼ਰ ਆਏਗਾ। ਸੋ ਆਈ ਥਿੰਕ ਸੋ ਪੰਜਾਬੀਆਂ ਨੂੰ ਬਹੁਤ ਪਸੰਦ ਆਉਣੀ ਚਾਹੀਦੀ। ਤੁਸੀਂ ਹਿੰਦੀ ਫਿਲਮਾਂ ਦੇ ਵਿੱਚ ਬਹੁਤ, ਜਿਵੇਂ ਆਪਾਂ ਉੜਤਾ ਪੰਜਾਬ ਦੀ ਗੱਲ ਕੀਤੀ ਸੀਗੀ, ਤੁਸੀਂ ਪੰਜਾਬ ਨੂੰ ਬਿਲੋਂਗ ਕਰਦੇ ਆ, ਪੰਜਾਬ ਦੇ ਵਿੱਚ ਇਹ ਇੱਕ ਨਸ਼ਿਆਂ ਦੀ ਬਹੁਤ ਵੱਡੀ ਜਿਹੜੀ ਆ ਉਹ ਸਾਨੂੰ ਪਤਾ ਲੱਗਦਾ, ਉੱਥੇ ਬਿਮਾਰੀ ਆ ਜਿਹੜੀ ਇਹ ਨੌਜਵਾਨਾਂ ਦੇ ਵਿੱਚ। ਕਦੇ ਤੁਸੀਂ ਨਿੱਜੀ ਤੌਰ 'ਤੇ ਕਦੇ ਸੋਚਿਆ ਜਾਂ ਵੀ ਇਹਨੂੰ ਕਿਵੇਂ ਹੱਲ ਕੀਤਾ ਜਾ ਸਕਦਾ, ਨੌਜਵਾਨਾਂ ਨੂੰ ਇਹ ਕਿਵੇਂ ਹਟਾਇਆ ਜਾ ਸਕਦਾ ਨਸ਼ੇ ਵੱਲੋਂ? ਕਦੇ ਕੋਈ ਇੱਦਾਂ ਦਾ ਉਪਰਾਲਾ ਜਾਂ ਦਿਮਾਗ ਦੇ ਵਿੱਚ ਆਏ ਜਾਂ ਉਹਨਾਂ ਨੂੰ ਐਡਵਾਈਸ ਕੋਈ ਇਸ ਤਰ੍ਹਾਂ ਦੀ ਅਤੇ ਇਸ ਕੰਮ ਨਾ ਪੈਣ? ਦੇਖੋ ਪਰਸਨਲ ਲੈਵਲ 'ਤੇ ਮੈਂ ਕੋਈ ਲੋਕ ਮਿਲਦੇ, ਮੈਂ ਉਹਨਾਂ ਨੂੰ ਐਡਵਾਈਸ ਕਰਦਾ ਰਹਿੰਦਾ, ਬਟ ਉਹਦੇ ਨਾਲ ਫਰਕ ਨਹੀਂ ਪੈਣਾ, ਬਿਕੋਜ਼ ਤੁਹਾਨੂੰ ਜੜ੍ਹ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ। ਸਾਡੀ ਕਿਤੇ ਨਾ ਕਿਤੇ ਸ਼ਿਕਸ਼ਾ, ਸਾਡੀ ਕਿਤੇ ਨਾ ਕਿਤੇ ਜਿੱਦਾਂ ਗੁਰੂ ਮਹਾਰਾਜ ਕਰ ਗਏ ਕਿ ਸਰਬੱਤ ਦਾ ਭਲਾ,
ਜਿੱਦਾਂ ਇਹ ਬਾਣੀ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਸਾਡੇ ਸਾਹਮਣੇ ਆਉਣੀਆਂ ਚਾਹੀਦੀਆਂ ਟੂ ਵੈਰੀ ਫਰੈਂਕ, ਕਿਸੇ ਵੀ ਗ੍ਰੰਥ ਤੋਂ ਚੱਕ ਕੇ, ਕਿਉਂਕਿ ਕੋਈ ਵੀ ਗ੍ਰੰਥ ਸਾਨੂੰ ਗਲਤ ਨਹੀਂ ਕਰਨਾ ਪੈਂਦਾ। ਮੈਨੂੰ ਕੀ ਲੱਗਦਾ ਜਿਹੜਾ ਜਿਹੜਾ ਬੇਸ ਹੈ ਨਾ ਸਾਡਾ, ਜਿਹੜਾ ਐਜੂਕੇਸ਼ਨ ਬੇਸ ਹੈ, ਉੱਥੇ ਸਾਨੂੰ ਕਿਤੇ ਨਾ ਕਿਤੇ ਜਿੱਦਾਂ ਹੁਣ ਬੇਰੁਜ਼ਗਾਰੀ ਹੋ ਜਾਂਦੀ ਹੈ, ਕਦੀ ਲੋਕਾਂ ਕੋਲ ਸੌਖਾ ਪੈਸਾ ਆ ਜਾਂਦਾ, ਸੋ ਜਿਹੜਾ ਵਿਹਲਾਪਨ ਹੈ ਨਾ, ਦੈਟ ਇਜ਼ ਕਿਲਿੰਗ ਅਸ ਬੇਸਿਕਲੀ। ਸਾਈਕੋਲੋਜੀਕਲੀ ਵੀ ਫੀਲ ਇੰਟਰਸਟਿਡ ਇਨ ਦੈਟ ਥਿੰਗ, ਬਿਕੋਜ਼ ਹਰੇਕ ਚੀਜ਼ ਆਪਣੇ ਕੋਲ ਹੈਗੀ ਹੈ, ਸਾਨੂੰ ਲੱਗਦਾ ਵੀ ਵਿਹਲੇ ਹੈਗੇ ਹਾਂ, ਚੱਲ ਆਪਾਂ ਯਾਰ ਡਰੱਗਸ ਕਰ ਲੈਂਦੇ ਹਾਂ। ਉਹਨਾਂ ਨੂੰ ਪਤਾ ਹੀ ਨਹੀਂ ਉਹ ਚੀਜ਼ ਕਿੱਥੇ ਲੈ ਕੇ ਜਾ ਰਹੀ ਹੈ, ਉਹਨਾਂ ਨੂੰ ਉਸ 'ਚ ਸ਼ੇਖੀ ਨਜ਼ਰ ਆ ਰਹੀ ਹੈ। ਸਾਨੂੰ ਬੇਸਿਕ ਕੰਸੈਪਟ ਹਟਾਉਣਾ ਪਏਗਾ ਪੰਜਾਬ 'ਚ। ਅਸੀਂ ਇੱਕ ਬੰਦੇ ਨੂੰ ਫੜ ਕੇ ਨਹੀਂ ਕਹਿ ਸਕਦੇ ਡਰੱਗਸ ਲੈਣੀ ਮਾੜੀ ਚੀਜ਼ ਹੈ, ਡਰੱਗਸ ਆਫਕੋਰਸ ਸਾਰਿਆਂ ਨੂੰ ਪਤਾ ਮਾੜੀ ਚੀਜ਼ ਹੈ, ਦਾਰੂ ਹਰੇਕ ਨੂੰ ਪਤਾ ਮਾੜੀ ਚੀਜ਼ ਹੈ, ਸਿਗਰਟ ਹਰੇਕ ਨੂੰ ਪਤਾ ਮਾੜੀ ਚੀਜ਼ ਹੈ, ਪਰ ਹਾਓ ਕੈਨ ਯੂ ਇਰੇਡੀਕੇਟ ਦੈਟ? ਮੈਨੂੰ ਲੱਗਦਾ ਦ ਬੇਸਿਸ ਆਫ ਐਜੂਕੇਸ਼ਨ, ਦ ਬੇਸਿਸ ਆਫ ਪੋਲੀਟਿਕਸ, ਮੈਂ ਇਸ ਰਾਈਟ ਵਰਡ ਯੂਜ਼ ਕਰੂੰਗਾ, ਦ ਪੀਪਲ ਹੂ ਆਰ ਰਨਿੰਗ ਦ ਸਟੇਟ, ਦੇ ਹੈਵ ਟੂ ਬੀ ਓਨੈਸਟ ਟੂਵਰਡਸ ਅਸ, ਐਂਡ ਦ ਪੀਪਲ ਸ਼ੁੱਡ ਬੀ ਓਨੈਸਟ ਟੂਵਰਡਸ ਦ ਲਾਈਕ ਪੋਲੀਟੀਸ਼ੀਅਨਸ ਔਰ ਚੀਫ ਮਿਨਿਸਟਰ ਔਰ ਦ ਗਵਰਮੈਂਟ ਹੂ ਇਜ਼ ਰਨਿੰਗ ਦ ਸਟੇਟ। ਦ ਇਸ਼ੂ ਸਿੰਕ ਨਹੀਂ ਹੋ ਰਿਹਾ। ਅਸੀਂ ਕਿਸੇ ਵੀ ਪੋਲੀਟਿਕਸ ਦੇ ਵਿੱਚ ਇੱਕ ਪੱਖ ਲੈ ਲੈਂਦੇ ਹਾਂ ਔਰ ਸਾਨੂੰ ਇਹ ਭੁੱਲ ਜਾਂਦਾ ਕਿ ਅਸੀਂ ਆਪਣੇ ਆਪ ਨਹੀਂ ਮਾਰੀ ਜਾ ਰਹੇ। ਸੋ ਡੀਪ ਡਾਊਨ ਮਾਈ ਹਾਰਟ ਮੈਨੂੰ ਲੱਗਦਾ ਕਿ ਇਟਸ ਨੋਟ ਜਸਟ ਡਰੱਗਸ, ਕਿਉਂਕਿ ਅਸੀਂ ਇੱਕ ਦੂਜੇ ਦਾ ਚੰਗਾ ਸੋਚਾਂਗੇ ਤਾਂ ਹੀ ਚੰਗਾ ਹੋਏਗਾ। ਮਨ ਵਿੱਚ ਨੂੰ ਟੀਵੀ ਸੀਰੀਅਲ ਦੇ ਵਿੱਚ ਜ਼ਿਆਦਾ ਮਜ਼ਾ ਆਉਂਦਾ ਜਾਂ ਫਿਲਮਾਂ ਦੇ ਵਿੱਚ? ਦੇਖੋ ਅੱਜ ਟੀਵੀ ਜਿਹੜਾ ਉਹ ਪਹਿਲਾਂ ਵਾਲਾ ਤਾਂ ਨਹੀਂ ਰਿਹਾ ਜੀ, ਟੀਵੀ ਬਹੁਤ ਬੂਮ ਕੀਤਾ ਜੀ, ਤੇ ਫਿਲਮਾਂ ਤਾਂ ਹੈ ਹੀ। ਮਜ਼ਾ ਤਾਂ ਦੇਖੋ ਮੈਨੂੰ ਫਿਲਮਾਂ 'ਚ ਹੀ ਆਉਂਦਾ, ਬਟ ਟੀਵੀ ਬਾਰੇ ਮੈਂ ਕੋਈ ਗਲਤ ਨਹੀਂ ਬੋਲਦਾ, ਬਿਕੋਜ਼ ਮੈਂ ਬਹੁਤ ਪਸੰਦ ਕਰਦਾ, ਕੰਮ ਹੈ ਜੀ, ਅਸਲ 'ਚ ਕੰਮ ਮਿਲਣਾ, ਤੁਸੀਂ ਉਸ ਚੀਜ਼ ਨੂੰ ਨਿਭਾਉਣਾ, ਇਹ ਵੀ ਕਿਰਪਾ ਹੀ ਹੈ ਜੀ, ਰਹਿਮਤ ਹੀ ਹੈ, ਅਦਰਵਾਈਜ਼ ਇੱਦਾਂ ਚੀਜ਼ਾਂ ਮਿਲਦੀਆਂ ਨਹੀਂ। ਸੋ ਐਵਰੀ ਥਿੰਗ ਹੈਜ਼ ਅ ਹਿਜ਼ ਓਨ ਆਈਡੈਂਟੀਟੀਜ਼, ਓਨ ਇੰਪੋਰਟੈਂਸ। ਸੋ ਟੀਵੀ ਵੀ ਚੰਗਾ, ਫਿਲਮਾਂ ਵੀ ਚੰਗੀਆਂ, ਮੈਨੂੰ ਕਦੀ ਟੀਵੀ ਕਰਨ ਦਾ ਮੌਕਾ ਮਿਲੇਗਾ ਮੈਂ ਟੀਵੀ ਵੀ ਕਰੂੰਗਾ, ਬਟ ਅਗਰ ਤੁਸੀਂ ਮੈਨੂੰ ਪਰਸਨਲੀ ਪੁੱਛੋ ਤਾਂ ਮੈਂ ਫਿਲਮਾਂ ਜ਼ਿਆਦਾ ਇੰਜੋਏ ਕਰਦਾ। ਹਿੰਦੀ ਫਿਲਮਾਂ ਤੁਸੀਂ ਬਹੁਤ ਕੀਤੀਆਂ, ਪੰਜਾਬੀ ਫਿਲਮਾਂ ਬਹੁਤ ਕੀਤੀਆਂ, ਅਤੇ ਅੱਜ ਪੰਜਾਬੀ ਫਿਲਮਾਂ ਦਾ ਜਿਹੜਾ ਉਹ ਕੱਦ ਆ ਉਹ ਬਹੁਤ ਉੱਚਾ ਹੋ ਗਿਆ, ਅਤੇ ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬੀ ਫਿਲਮਾਂ ਦੇ ਵਿੱਚ ਇਹਦੇ, ਕਿਉਂਕਿ ਜਿਹੜੇ ਸਿੰਗਰ ਆ ਸਿੰਗਰ ਬਹੁਤ ਇਸ ਪਾਸੇ ਨੂੰ ਜਿਹੜੇ ਆ ਫਿਲਮਾਂ ਵੱਲ ਨੂੰ ਆ ਰਹੇ ਆ, ਅਤੇ ਜਿਹੜੇ ਕਲਾਕਾਰ ਪਹਿਲਾਂ ਸੀ ਉਹਨਾਂ ਨੇ ਤਾਂ ਆਉਣਾ ਹੀ ਆਉਣਾ ਸੀ। ਹਿੰਦੀ ਸਿਨੇਮੇ ਅਤੇ ਪੰਜਾਬੀ ਸਿਨੇਮੇ ਦੇ ਵਿੱਚ ਤੁਸੀਂ ਕਿੰਨੀ ਕੁ ਨੇੜਤਾ? ਹੁਣ ਦੇਖੋ ਐਜ਼ ਐਨ ਆਰਟਿਸਟ ਮੇਰੇ ਲਈ ਦੋਨੋਂ ਸਿਨੇਮਾ ਬਰਾਬਰ ਹੈ, ਪੁੱਛੋ ਕਿਉਂ, ਮੈਂ ਦੱਸਦਾ ਉਹਦੇ ਵਿੱਚ ਰੀਜ਼ਨ ਕੀ ਹੈ ਕਿ ਮੈਂ ਕਿਰਦਾਰ ਤਾਂ ਓਨੈਸਟੀ ਨਾਲ ਨਿਭਾਉਣਾ ਹੀ ਨਿਭਾਉਣਾ ਜੀ, ਚਾਹੇ ਉਹ ਟੀਵੀ ਹੋਵੇ, ਭਾਵੇਂ ਵੈਬ ਸੀਰੀਜ਼ ਹੋਵੇ, ਭਾਵੇਂ ਹੁਣ ਤੁਹਾਡੇ ਨਾਲ ਗੱਲ ਕਰ ਰਿਹਾ। ਬੇਸਿਕ ਫੰਡਾ ਤਾਂ ਮੈਨੂੰ ਕਿਰਦਾਰ ਨਿਭਾਉਣ ਲਈ ਤਾਂ ਉੱਨੀ ਹੀ ਜ਼ੋਰ ਲਾਉਣਾ ਪੈਣਾ, ਇਹ ਤਾਂ ਹੈ ਨਹੀਂ ਕਿ ਵੀ ਅੱਜ ਪੰਜਾਬੀ ਫਿਲਮ ਹੈ ਤਾਂ ਕੰਮ ਐਕਟਿੰਗ ਕਰੇਂਗੇ, ਉਹ ਨਹੀਂ ਹੋ ਸਕਦਾ। ਸੋ ਮੇਰੇ ਲਈ ਉੱਨਾ ਹੀ ਇੰਪੋਰਟੈਂਟ ਹੈ। ਲੈਂਗੁਏਜ ਬਦਲ ਜਾਂਦੀ ਹੈ, ਅਪਰੋਚ ਬਦਲ ਜਾਂਦੀ ਹੈ, ਆਡੀਅੰਸ ਬਦਲ ਜਾਂਦੀ ਹੈ, ਬਟ ਪੰਜਾਬੀ ਤੁਹਾਨੂੰ ਪਤਾ ਕਿਸੇ ਵੀ ਖੇਤਰ ਕਿਸੇ ਤੋਂ ਘੱਟ ਨਹੀਂ ਹੈਗੇ, ਸਿਰਫ ਉਹਨਾਂ ਨੂੰ ਇੰਨਾ ਹੀ ਸੋਚਣਾ ਸੀ ਕਰਨਾ, ਉਹ ਕਰ ਲੈਂਦੇ, ਕਰ ਲੈਂਦੇ, ਮਤਲਬ ਉਹ ਇੱਕ ਇੱਦਾਂ ਦੀ ਕੌਮ ਹੈ ਸਾਡੀ ਕਿ ਮਤਲਬ ਉਹਨਾਂ ਦੇ ਦਿਮਾਗ 'ਚ ਆਉਣਾ ਚਾਹੀਦਾ ਸੀ ਕਰਨਾ, ਇਹ ਭਾਵੇਂ ਹਾਲੀਵੁੱਡ ਪਿੱਛੇ ਛੱਡ ਦੇਣ। ਸੋ ਪੰਜਾਬੀ ਕਿਸੇ ਤੋਂ ਘੱਟ ਨਹੀਂ, ਮੈਂ ਇਹਨਾਂ ਦਾ ਬਹੁਤ ਵਿਸ਼ਵਾਸ ਕਰਦਾ ਇਸ ਗੱਲ 'ਤੇ। ਹਾਂ ਬਸ ਮਾਨੂ ਜੀ, ਸਾਨੂੰ ਪਤਾ ਵੀ ਤੁਸੀਂ ਕਾਫੀ ਥੱਕੇ ਹੋਏ ਵੀ ਹੋ, ਅਤੇ ਮੈਂ ਸਿਰਫ ਜਾਂਦਾ ਜਾਂਦਾ ਇੱਕ ਪੁੱਛਾਂਗਾ ਕਿ ਅਜੀਤ ਵੈਬ ਟੀਵੀ ਦੇ ਦਰਸ਼ਕਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਇਹਨਾਂ ਫਿਲਮਾਂ ਦੇ ਬਾਰੇ ਅੱਜ ਕੱਲ੍ਹ, ਕਿਉਂ ਜੋ ਚੱਲ ਰਿਹਾ ਦੌਰ? ਮੈਂ ਬਸ ਇੰਨਾ ਹੀ ਕਹਿਣਾ ਚਾਹੂੰਗਾ ਜੀ, ਮੇਰੇ ਵੱਲੋਂ ਦਰਖਾਸਤ ਹੈ ਕਿ ਪਲੀਜ਼ ਥੀਏਟਰ 'ਚ ਜਾ ਕੇ ਫਿਲਮ ਦੇਖਣ, ਕਿਉਂਕਿ ਉਹੀ ਇੱਕ ਸਰਕਲ ਬਣਦਾ ਇਕਨੋਮਿਕਸ ਦਾ, ਪ੍ਰੋਡਿਊਸਰ ਪੈਸਾ ਕਮਾਉਂਦਾ ਅਤੇ ਤਾਂ ਹੀ ਉਹ ਅੱਗੇ ਹੋਰ ਫਿਲਮਾਂ ਬਣਾਉਣਗੇ। ਪਾਇਰੇਸੀ ਨਾ ਦੇਖੋ, ਬਹੁਤ ਮਿਹਨਤ ਲੱਗਦੀ ਹੈ, ਅਸੀਂ ਰੋਂਦੇ ਹਾਂ, ਹੱਸਦੇ ਹਾਂ, ਕਿ ਅਸਲੀ ਵੀ ਰੋਲ ਪੈਂਦੇ ਹਾਂ, ਸੋ ਅਸੀਂ ਐਂਟਰਟੇਨ ਕਰਨ ਲਈ ਬੈਠੇ ਹਾਂ, ਐਂਡ ਵੀ ਵਿਲ ਟਰਾਈ ਟੂ ਐਂਟਰਟੇਨ ਯੂ ਐਸ ਮੱਚ ਐਸ ਵੀ ਕੈਨ, ਬਟ ਪਲੀਜ਼ ਪਾਇਰੇਸੀ ਨਾ ਦੇਖੋ, ਥੀਏਟਰਾਂ 'ਚ ਜਾ ਕੇ ਫਿਲਮਾਂ ਦੇਖੋ, ਅਤੇ ਸਾਨੂੰ ਖੁਸ਼ੀ ਹੋਏਗੀ। ਮਾਨੋ ਜੀ, ਬਹੁਤ ਬਹੁਤ ਧੰਨਵਾਦ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਪਰਮਾਤਮਾ ਇਸੇ ਤਰ੍ਹਾਂ ਰੱਖੇ ਤੁਹਾਨੂੰ, ਦਿਨ ਦੁੱਗੀ ਅਤੇ ਰਾਤ ਚੌਗਣੀ ਤਰੱਕੀ ਕਰੋ ਅਤੇ ਲੋਕਾਂ ਲਈ ਐਂਟਰਟੇਨ ਕਰਦੇ ਰਹੋ। ਥੈਂਕ ਯੂ ਵੈਰੀ ਮੱਚ, ਧੰਨਵਾਦ, ਥੈਂਕ ਯੂ, ਥੈਂਕ ਯੂ।